ਤਸਵੀਰ ਔਰ ਸਮੱਸਿਆ ਇਹਨਾਂ ਦੇ ਹੱਲ ਕਰਨ ਆਏ ਹੋ। ਮੈਂ ਦਿਲ ਦੀ ਗਹਿਰਾਈਆਂ ਚੋਂ ਇਹਨਾਂ ਦਾ ਚੁਣਿਆ ਹੋਇਆ ਪ੍ਰਤੀਨਿਧੀ ਜਾਂ ਨੁਮਾਇੰਦੇ ਦੇ ਤਹਿਤ ਤੁਹਾਡਾ ਕੋਟ ਕੋਟ ਧੰਨਵਾਦ ਕਰਦਾ ਔਰ ਨਾਲ ਉਮੀਦ ਵੀ ਰੱਖਦਾ ਕਿ ਸਰਕਾਰ ਨੇ ਵਾਅਦੇ ਕੀਤੇ ਸਨ ਔਰ ਮੈਂ ਅਪੇਕਸ਼ਾ ਰੱਖਦਾ ਕਿ ਤੁਸੀਂ ਉਹ ਵਾਅਦਾ ਤੇ ਪੂਰੇ ਉਤਰੋਗੇ ਤਾਂ ਕਿ ਮੰਡੀ ਗੋਬਿੰਦਗੜ੍ਹ ਦੇ ਅਸੀਂ ਹੋਰ ਸ਼ਾਨ ਵਧਾ ਸਕੀਏ। ਵਜ਼ੀਰ ਸਾਹਿਬ, ਪਿਛਲੀ 2007 ਤੋਂ ਲੈ ਕੇ 2017 ਤੱਕ ਇਹ ਪੰਜਾਬ ਦੇ ਇਤਿਹਾਸਿਕ ਕਾਲਾ ਯੁੱਗ ਦੇ ਤਹਿਤ ਯਾਦ ਕੀਤਾ ਜਾਊਗਾ ਔਰ ਮੰਡੀ ਗੋਬਿੰਦਗੜ੍ਹ ਮੇਰੇ ਕੋਲ ਕਾਗਜ਼ ਹੈ ਔਰ ਬਕਾਇਦਾ RTI ਇਨਫੋਰਮੇਸ਼ਨ ਪਈ ਹੈ। ਇਸ ਕਾਲ ਦੇ ਦਰਮਿਆਨ 183 ਯੂਨਿਟ ਮੰਡੀ ਗੋਬਿੰਦਗੜ੍ਹ ਦੇ ਬੰਦ ਹੋਏ ਸੀ, 183 ਯੂਨਿਟ ਬੰਦ ਕੀਤੇ ਗਏ ਸੀ। ਮੈਂ ਪਹਿਲਾਂ ਹੀ ਜ਼ਿਕਰ ਕੀਤਾ ਹੈ, ਗੁਸਤਾਖੀ ਜ਼ਰੂਰ ਹੈ ਪਰ ਮੈਨੂੰ ਕੋਈ ਸੰਕੋਚ ਨਹੀਂ, ਕਹਿੰਦੇ ਹੋ ਸ਼ਾਇਦ ਖੰਜਾਮਾ ਇਹੀ ਭੋਗ ਰਿਹਾ ਕਿ ਅੱਜ ਵਜ਼ੀਰ ਨਹੀਂ ਬਣਿਆ, ਤੁਸੀਂ ਆਪ ਉਸਦੇ ਗਵਾਹ ਹੋ। ਜਾਂ ਸਦਨ 'ਚ ਮੈਂ 5 ਰੁਪਏ ਯੂਨਿਟ ਲੈ ਕੇ ਰੌਲਾ ਪਾ ਲਿਆ ਸੀਗਾ ਅਤੇ ਸ਼ਾਇਦ ਉਹਦਾ ਨੁਕਸਾਨ ਭੋਗ ਰਿਹਾ, ਲੇਕਿਨ ਤੁਹਾਡੇ ਤੋਂ ਮੈਂ ਸ਼ਵਾਸਨ ਭਾਲਾਂਗਾ ਕਿਉਂਕਿ ਇੱਥੇ ਬਕਾਇਦਾ ਜ਼ਿਕਰ ਕੀਤਾ ਗਿਆ ਕਿ 5 ਰੁਪਏ ਪ੍ਰਤੀ ਯੂਨਿਟ ਅਸੀਂ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਸ਼੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਨਿਗਰਾਨੀ ਹੈ ਇਹ 5 ਰੁਪਏ ਯੂਨਿਟ ਫਲੈਟ ਰੇਟ ਵਾਧਾ ਕੀਤਾ ਸੀ। ਅੱਜ ਜਿਹੜਾ ਇਹਨੂੰ ਅਸੀਂ ਬਕਾਇਦਾ ਤੁਹਾਡੇ ਤੋਂ ਮੰਗ ਕਰਦੇ ਹਾਂ, ਸਮਾਂ ਚਾਹੇ 6 ਮਹੀਨੇ ਹੋਰ ਲੈ ਲਓ, ਮੈਨੂੰ ਕੋਈ ਇਤਰਾਜ਼ ਨਹੀਂ, ਸਾਲ ਲੈਣਾ ਸਾਲ ਲੈ ਲਿਓ, ਲੇਕਿਨ ਅਸੀਂ 5 ਰੁਪਏ ਫਲੈਟ ਯੂਨਿਟ ਤੁਹਾਡੇ ਬਿਜਲੀ ਤੋਂ ਲੈਣਾ, ਕੋਈ ਵੇਰੀਏਬਲ ਨਹੀਂ ਲਾਗਤ ਕਰਨਾ, ਤਾਂ ਸਾਡੀ ਜਾ ਕੇ ਪੰਜਾਬ ਦੀ ਇੰਡਸਟਰੀ ਦੁਬਾਰਾ ਉਤਸ਼ਾਹਿਤ ਹੋਏਗੀ, ਪ੍ਰੇਰਿਤ ਹੋਏਗੀ। ਉਹਦਾ ਕਾਰਨ ਵਿਸ਼ੇਸ਼ ਇਹ ਹੈ ਕਿਉਂਕਿ ਪੰਜਾਬ ਉਹ ਸੂਬਾ ਹੈ ਜਿਹੜਾ ਲੈਂਡਲੌਕਡ ਹੈ, ਚਾਹੇ ਗੁਜਰਾਤ ਤੋਂ ਐਡਵਾਂਟੇਜ ਹੈ, ਹਿਮਾਚਲ ਨੂੰ ਕੇਂਦਰ ਦੀ ਸਰਕਾਰ ਨੇ ਸਹੂਲਤਾਂ ਦਿੱਤੀਆਂ ਹਨਗੀਆਂ, ਲੇਕਿਨ ਉਸਦੇ ਬਾਵਜੂਦ ਵੀ ਅੱਜ ਗੋਬਿੰਦਗੜ੍ਹ ਇੰਨਾ ਵੱਡਾ ਸਾਡੇ ਰੈਵਨਿਊ 'ਚ ਯੋਗਦਾਨ ਪਾ ਰਿਹਾ ਔਰ ਨੁਕਸਾਨ ਆਪਣੇ ਪੰਜਾਬ ਦਾ ਹੋ ਰਿਹਾ।